ਆਪ ਜੀ ਨੂੰ ਇਹੋ ਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿਸ ਗੁਰਦੁਆਰੇ ਦਾ ਇਤਿਹਾਸ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਸੰਗਤਾਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਵੀ ਇਸ ਵਿਲੱਖਣ ਇਤਿਹਾਸ ਨੂੰ ਸੁਣਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪਟਿਆਲਾ ਸ਼ਹਿਰ। ਆਪ ਜੀ ਨੂੰ ਇਹੋ ਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿਸ ਗੁਰਦੁਆਰੇ ਦਾ ਇਤਿਹਾਸ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਬਹੁਤ ਹੀ ਵਿਲੱਖਣ ਇਤਿਹਾਸ ਹੈ, ਅਨੋਖਾ ਇਤਿਹਾਸ ਹੈ। ਆਪ ਜੀ ਇਹ ਬਲੌਗ ਨੂੰ ਆਪਣੇ ਬੱਚਿਆਂ ਦੇ ਨਾਲ ਵੀ ਸਾਂਝਾ ਕਰਿਓ, ਇਹ ਇਤਿਹਾਸ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿਉਂਕਿ ਹਰ ਇੱਕ ਸਿੱਖ ਹਰ ਰੋਜ਼ 2 ਟਾਈਮ ਅਰਦਾਸ ਕਰਦਾ ਹੈ। ਅਰਦਾਸ ਵਿੱਚ ਇੱਕ ਗੱਲ ਆਉਂਦੀ ਹੈ, ਜਿਨ੍ਹਾਂ ਗੁਰਮੁਖ ਗੁਰਸਿੱਖਾਂ ਨੇ ਪੁੱਠੀਆਂ ਖੱਲਾਂ ਲੁਹਾਈਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੀ ਤੁਹਾਨੂੰ ਪਤਾ ਵੀ ਕਿਨ੍ਹਾਂ ਦੀ ਪੁੱਠੀ ਖੱਲ ਉਤਾਰੀ ਗਈ? ਜੇ ਨਹੀਂ ਪਤਾ ਤਾਂ ਵੀਡੀਓ ਦੇ ਨਾਲ ਜੁੜੇ ਰਹੋ, ਜਿਨ੍ਹਾਂ ਨੂੰ ਪਤਾ ਹੈ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਜਿਹੜੇ ਬਾਬਾ ਜੀ ਦੀ ਪੁੱਠੀ ਖੱਲ ਉਤਾਰੀ ਗਈ ਉਹਨਾਂ ਦਾ ਨਾਮ ਜ਼ਰੂਰ ਲਿਖੋ। ਆਓ ਤੁਹਾਨੂੰ ਇਤਿਹਾਸ ਸਰਵਣ ਕਰਾਉਂਦੇ ਹਾਂ, ਨਾਲ ਨਾਲ ਤੁਸੀਂ ਵੀਡੀਓ ਵੇਖੋ, ਗੁਰਦੁਆਰਾ ਸਾਹਿਬ ਵੇਖੋ ਅਤੇ ਉਹ ਦਰਖਤ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਦਰਖਤ ਦੇ ਨਾਲ ਪੁੱਠਾ ਟੰਗ ਕੇ ਬਾਬਾ ਜੀ ਦੇ ਸਾਰੇ ਸਰੀਰ ਦੀ ਚਮੜੀ ਉਤਾਰੀ ਗਈ। ਗੱਲ ਕਰਨ ਜਾ ਰਹੇ ਹਾਂ ਜੀ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ, ਪਿੰਡ ਬਾਰਨ ਦੇ ਰਹਿਣ ਵਾਲੇ ਸਨ। ਗੱਲ ਉਹ ਸਮੇਂ ਦੀ ਹੈ, ਸੰਬਤ 1810, ਸਰਹੰਦ ਦਾ ਨਵਾਬ ਆਪਣੀ ਫੌਜ ਸਮੇਤ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਬਾਰਨ ਵਿੱਚ ਪਹੁੰਚਿਆ, ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਾਓ ਕੋਈ ਸਿੰਘ ਨੂੰ ਮੇਰੇ ਕੋਲ ਲੈ ਕੇ ਆਓ। ਉਸ ਸਮੇਂ ਸਿਪਾਹੀ ਗਏ ਅਤੇ ਬਾਬਾ ਜੈ ਸਿੰਘ ਜੀ ਖੂਹ ਤੇ ਇਸ਼ਨਾਨ ਕਰ ਰਹੇ ਸਨ। ਸਿਪਾਹੀਆਂ ਨੇ ਵੇਖਿਆ ਤੇ ਬਾਬਾ ਜੈ ਸਿੰਘ ਨੂੰ ਪਕੜ ਕੇ ਨਵਾਬ ਦੇ ਅੱਗੇ ਪੇਸ਼ ਕੀਤਾ। ਜਦੋਂ ਨਵਾਬ ਨੇ ਗੁਰੂ ਦੇ ਸਿੰਘ ਨੂੰ ਵੇਖਿਆ ਤਾਂ ਬੜਾ ਖੁਸ਼ ਹੋਇਆ ਅਤੇ ਨਾਲ ਹੀ ਕਹਿਣ ਲੱਗਾ ਵੀ ਭਾਈ ਮੇਰਾ ਆ ਬੋਝਾ ਚੱਕ। ਭਾਈ ਜੈ ਸਿੰਘ ਜੀ ਕਹਿਣ ਲੱਗੇ ਵੀ ਇਹ ਬੋਝੇ ਵਿੱਚ ਕੀ ਹੈ? ਤੇ ਅੱਗੋਂ ਸਿਪਾਹੀਆਂ ਨੇ ਆਖਿਆ ਇਹ ਬੋਝੇ ਵਿੱਚ, ਇਹ ਪੰਡ ਵਿੱਚ ਨਵਾਬ ਦਾ ਹੁੱਕਾ ਹੈ। ਤੇ ਭਾਈ ਜੈ ਸਿੰਘ ਖਲਕਟ ਜੀ ਕਹਿਣ ਲੱਗੇ ਵੀ ਮੈਂ ਤਾਂ ਗੁਰੂ ਦਾ ਸਿੰਘ ਹਾਂ, ਮੈਂ ਅੰਮ੍ਰਿਤ ਛਕਿਆ ਹੋਇਆ, ਮੈਂ ਨਵਾਬ ਦੇ ਹੁੱਕੇ ਨੂੰ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ। ਤਾਂ ਨਵਾਬ ਨੇ ਗੁੱਸੇ ਵਿੱਚ ਆ ਕੇ ਬਾਬਾ ਜੈ ਸਿੰਘ ਜੀ ਖਲਕਟ ਦੇ ਪਰਿਵਾਰ ਨੂੰ ਆਪਣੇ ਕੋਲ ਸੱਦਿਆ। ਬਾਬਾ ਜੀ ਦੀ ਧਰਮ ਸੁਪਤਨੀ ਮਾਤਾ ਧਨ ਕੌਰ ਅਤੇ 2 ਸਪੁੱਤਰ ਭਾਈ ਕੜਾਕਾ ਸਿੰਘ ਤੇ ਭਾਈ ਖੜਕ ਸਿੰਘ, ਤੇ ਭਾਈ ਖੜਕ ਸਿੰਘ ਦੀ ਧਰਮ ਸੁਪਤਨੀ ਮਾਤਾ ਅਮਰ ਕੌਰ, ਇਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਇਹ ਬੋਝਾ ਚੱਕੋ। ਤਾਂ ਉਹਨਾਂ ਨੇ ਵੀ ਆਖਿਆ ਵੀ ਅਸੀਂ ਵੀ ਗੁਰੂ ਦਾ ਅੰਮ੍ਰਿਤ ਛਕਿਆ ਹੋਇਆ, ਅਸੀਂ ਤੇਰਾ ਹੁੱਕਾ ਆਪਣੇ ਸਿਰ ਤੇ ਨਹੀਂ ਚੁੱਕ ਸਕਦੇ। ਇਹ ਗੱਲ ਸੁਣ ਕੇ ਨਵਾਬ ਬੜਾ ਗੁੱਸੇ ਵਿੱਚ ਆਇਆ ਤੇ ਬਾਬਾ ਜੈ ਸਿੰਘ ਜੀ ਦੇ ਸਾਹਮਣੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ, ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ। ਅਤੇ ਵਾਰੀ ਆਈ ਫਿਰ ਬਾਬਾ ਜੈ ਸਿੰਘ ਖਲਕਟ ਦੀ। ਬਾਬਾ ਜੈ ਸਿੰਘ ਖਲਕਟ ਨੂੰ ਦਰਖਤ ਦੇ ਨਾਲ ਪੁੱਠਾ ਟੰਗਿਆ ਗਿਆ। ਪੁੱਠਾ ਟੰਗ ਕੇ
ਜਲਾਦਾਂ ਨੇ ਬਾਬਾ ਜੀ ਦੇ ਸਾਰੇ ਸਰੀਰ ਦੀ ਚਮੜੀ ਉਤਾਰ ਦਿੱਤੀ ਗਈ। ਸਾਰੇ ਸਰੀਰ ਦੀ ਖੱਲ ਉਤਾਰ ਕੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ। ਤੇ ਸ਼ਹੀਦੀ ਹੋਈ ਕਿਉਂ ਹੈ? ਇਹ ਤੋਂ ਸਾਨੂੰ ਬੜੀ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ। ਬਾਬਾ ਜੈ ਸਿੰਘ ਜੀ ਨੇ ਇੱਕ ਨਵਾਬ ਦਾ ਹੁੱਕਾ ਨਹੀਂ ਚੱਕਿਆ। ਤੁਸੀਂ ਸਾਹਮਣੇ ਤਸਵੀਰਾਂ ਵਿੱਚ ਵੀ ਵੇਖ ਸਕਦੇ ਹੋ, ਹੁੱਕੇ ਦੀ ਪੰਡ ਪਈ ਹੈ। ਇਹ ਹੁੱਕੇ ਦੀ ਪੰਡ ਬਾਬਾ ਜੈ ਸਿੰਘ ਨੇ ਆਪਣੇ ਸਿਰ ਤੇ ਨਹੀਂ ਚੱਕੀ। ਹੁਣ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ, ਅਸੀਂ ਗੁਰੂ ਦੇ ਸਿੱਖ ਹਾਂ। ਕਿਤੇ ਅਸੀਂ ਹੁੱਕੇ ਤਾਂ ਨਹੀਂ ਪੀ ਰਹੇ, ਤੰਬਾਕੂ ਤਾਂ ਨਹੀਂ ਖਾ ਰਹੇ, ਨਸ਼ੇ ਤਾਂ ਨਹੀਂ ਕਰ ਰਹੇ? ਇੱਕ ਨਸ਼ੇ ਦੀ ਖਾਤਰ ਬਾਬਾ ਜੈ ਸਿੰਘ ਨੇ ਮਰਨਾ ਕਬੂਲ ਕਰ ਲਿਆ, ਸ਼ਹੀਦੀ ਪ੍ਰਾਪਤ ਕਰਨੀ ਕਬੂਲ ਕਰ ਲਈ, ਪਰ ਨਵਾਬ ਦਾ ਹੁੱਕਾ ਨਹੀਂ ਚੱਕਿਆ। ਆ ਸਾਹਮਣੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਭਾਈ ਜੈ ਸਿੰਘ ਜੀ ਦੇ ਪਰਿਵਾਰ ਦੀਆਂ। ਬਾਬਾ ਜੀ ਦਾ ਵੱਡਾ ਸਪੁੱਤਰ ਹੈ, ਛੋਟਾ ਸਪੁੱਤਰ ਹੈ ਅਤੇ ਉਹਨਾਂ ਦੀ ਨੂੰਹ। ਇਹ ਤਿੰਨ ਤਸਵੀਰਾਂ ਤੁਸੀਂ ਸਾਹਮਣੇ ਵੇਖ ਰਹੇ ਹੋ। ਹੁਣ ਨਾਲ ਨਾਲ ਤੁਹਾਨੂੰ ਅਸੀਂ ਉਹ ਦਰਖਤ ਦੇ ਵੀ ਦਰਸ਼ਨ ਕਰਾਵਾਂਗੇ, ਜਿਸ ਦਰਖਤ ਦੇ ਨਾਲ ਬੰਨ ਕੇ ਪੁੱਠਾ ਲਟਕਾ ਕੇ ਬਾਬਾ ਜੀ ਨੂੰ ਸ਼ਹੀਦ ਕੀਤਾ। ਇਹ ਬਾਬਾ ਜੈ ਸਿੰਘ ਜੀ ਦੀ ਯਾਦ ਵਿੱਚ ਥੜਾ ਸਾਹਿਬ ਬਣਿਆ ਹੋਇਆ, ਬਹੁਤ ਸੰਗਤਾਂ ਇੱਥੇ ਆ ਕੇ ਦਰਸ਼ਨ ਦੀਦਾਰ ਕਰਦੀਆਂ ਨੇ, ਬਾਬਾ ਜੀ ਨੂੰ ਨਮਸਕਾਰ ਕਰਦੀਆਂ, ਉਹਨਾਂ ਦੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ। ਸਾਰੇ ਪਿੰਡ ਵੱਲੋਂ ਉਹਨਾਂ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਹੋਇਆ। ਆ ਸਾਹਮਣੇ ਵੇਖ ਰਹੇ ਹੋ ਜੋਤ, ਨਿਰੰਤਰ ਹੀ 24 ਘੰਟੇ ਜੋਤ ਜਗਦੀ ਰਹਿੰਦੀ ਹੈ। ਥੜਾ ਸਾਹਿਬ ਬਣਿਆ ਉਹਨਾਂ ਦੀ ਯਾਦ ਵਿੱਚ। ਆਓ ਤੁਹਾਨੂੰ ਹੁਣ ਉਹ ਦਰਖਤ ਦੇ ਦਰਸ਼ਨ ਕਰਾਉਣੇ ਆ, ਜਿਸ ਦਰਖਤ ਦੇ ਨਾਲ ਪੁੱਠਾ ਟੰਗ ਕੇ ਬਾਬਾ ਜੀ ਦੀ ਖੱਲ ਉਤਾਰੀ ਗਈ। ਆ ਸਾਹਮਣੇ ਆਪ ਜੀ ਦਰਖਤ ਵੇਖ ਰਹੇ ਹੋ, ਇਹ ਦਰਖਤ ਦੇ ਨਾਲ ਬਾਬਾ ਜੈ ਸਿੰਘ ਜੀ ਨੂੰ ਪੁੱਠਾ ਟੰਗਿਆ ਗਿਆ, ਸਰੀਰ ਦੀ ਚਮੜੀ ਉਤਾਰੀ ਗਈ। ਧੰਨਵਾਦ ਆਪ ਜੀ ਦਾ, ਜੋ ਆਪ ਜੀ ਸਾਡੇ ਇਸ ਬਲੌਗ ਦੇ ਨਾਲ ਜੁੜੇ ਹੋਏ ਹੋ। ਇਹ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਸੰਗਤਾਂ ਤੱਕ ਵੀ ਸ਼ੇਅਰ ਕਰੋ, ਤਾਂ ਜੋ ਹੋਰ ਸੰਗਤਾਂ ਵੀ ਇਸ ਵਿਲੱਖਣ ਇਤਿਹਾਸ ਨੂੰ ਸੁਣਨ ਅਤੇ ਗੁਰੂ ਨਾਲ ਪਿਆਰ ਵਧੇ। ਇੱਥੇ ਹੀ ਬਲੌਗ ਦੀ ਸਮਾਪਤੀ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।